ਸਤਿ ਸ਼੍ਰੀ ਅਕਾਲ ਵੀਰੋ, ਮੈਂ ਚਰਨਜੀਤ ਜੀ। 735 ਟਰੈਕਟਰ ਤੇ 10 ਫੁੱਟ ਆਈ ਰੋਟਾਵੀਟਰ ਚੱਲ ਰਿਹਾ ਹੈਗਾ। ਮੈਂ ਉੱਪਰ ਕਾਰਡ ਦੇ ਉੱਪਰ ਮੈਂਸ਼ਨ ਕਰ ਦੂੰਗਾ ਲਿੰਕ, ਉਹਦਾ ਤੁਸੀਂ ਵੀਡੀਓ ਚੈੱਕ ਕਰ ਸਕਦੇ ਹੋ, ਇਹਦੀ ਪਰਫਾਰਮੈਂਸ ਚੈੱਕ ਕਰ ਸਕਦੇ ਹੋ। ਬਾਕੀ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਕਾਲ ਕਰਕੇ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਹ ਰਹੀ ਨਹੀਂ ਜਾਂਦਾ ਵੀ ਕੋਈ ਆਪਾਂ ਨੂੰ ਪ੍ਰੋਬਲਮ ਆਊਗੀ, ਉਹ ਚਾਹੇ ਤੁਸੀਂ ਸਾਡਾ ਮੀਡੀਅਮ ਮਾਡਲ ਯੂਜ਼ ਕਰੋ ਚਾਹੇ ਸਾਡਾ ਬੇਸ ਮਾਡਲ ਯੂਜ਼ ਕਰੋ, ਕਿਉਂਕਿ ਇਸ ਚੀਜ਼ ਦਾ ਖਾਸ ਧਿਆਨ ਦਿੱਤਾ ਜਾਂਦਾ, ਕੁਆਲਿਟੀ ਦਾ ਖਾਸ ਧਿਆਨ ਦਿੱਤਾ ਜਾਊਗਾ। ਸਤਿ ਸ਼੍ਰੀ ਅਕਾਲ ਵੀਰੋ, ਮੈਂ ਚਰਨਜੀਤ, ਅੱਜ ਲੈ ਕੇ ਨਵੀਂ ਵੀਡੀਓ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਦੇਖ ਹੀ ਲਿਆ ਹੋਣਾ ਤਕਰੀਬਨ ਪਿੱਛੇ ਇੰਪਲੀਮੈਂਟ ਪਏ ਨੇ ਵੀ ਅੱਜ ਵੀਡੀਓ ਕਿਸ ਚੀਜ਼ ਦੇ ਲਈ ਅਤੇ ਕਿਸ ਚੀਜ਼ 'ਤੇ ਹੋਣ ਵਾਲੀ ਹੈਗੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਚਾਹੁੰਦਾ ਅੱਜ। ਅਤੇ ਜਿਵੇਂ ਆਪਾਂ ਸਾਰਿਆਂ ਨੇ ਦੇਖਿਆ ਵੀ ਕੁੜੀਆਂ ਵੈਲਡਿੰਗ ਦਾ ਕੰਮ ਕਰਦੀਆਂ ਨੇ, ਉਹਨਾਂ ਨੂੰ ਆਪਾਂ ਸਪੋਰਟ ਕੀਤੀ ਆ, ਬਹੁਤ ਚੰਗੀ ਗੱਲ ਆ, ਚੰਗਾ ਮੈਸੇਜ ਆ ਵੀ ਕੁੜੀਆਂ ਕਿਸੇ ਤੋਂ ਘੱਟ ਨਹੀਂ ਹੁੰਦੀਆਂ, ਉਹ ਸੋਹਣਾ ਕੰਮ ਕੀਤਾ ਕੁੜੀਆਂ ਨੇ, ਹੈ ਨਾ, ਸਾਰਿਆਂ ਨੇ ਸ਼ੇਅਰ ਕੀਤਾ, ਚੰਗੀ ਗੱਲ ਹੈਗੀ। ਪਰ ਕਿਤੇ ਨਾ ਕਿਤੇ ਆਪਾਂ ਇਹ ਦੇਖਦੇ ਹਾਂਗੇ ਵੀ ਕੁਝ ਇੱਦਾਂ ਦੇ ਮੁੰਡੇ ਵੀ ਹੁੰਦੇ ਹੈਗੇ ਜਿਹੜੇ ਘਰੋਂ ਗਰੀਬ ਕਹਿ ਲਈਏ ਜਾਂ ਛੋਟੇ ਦਬਕੇ ਦੇ ਕਹਿ ਲਈਏ ਜਾਂ, ਹੈ ਨਾ, ਹਰ ਕੋਈ ਹਰ ਇੱਕ ਬੰਦੇ ਦੇ ਸੁਪਨੇ ਹੁੰਦੇ ਨੇਗੇ, ਮਿਹਨਤ ਕਰਦਾ ਹਰ ਇੱਕ ਬੰਦਾ, ਹੈ ਨਾ। ਕੋਈ ਵੀ ਚੀਜ਼ ਆ, ਲਾਈਕ ਜਿਵੇਂ ਮੰਨ ਲਓ ਵੀ ਆਪਾਂ ਹੁਣ ਵੀਡੀਓ ਬਣਾਉਂਦੇ ਹਾਂਗੇ, ਇਹਦੇ ਪਿੱਛੇ ਵੀ ਕਾਫੀ ਮਿਹਨਤ ਹੁੰਦੀ ਹੈਗੀ, ਜਾਂ ਇੰਪਲੀਮੈਂਟ ਤਿਆਰ ਕਰਦੇ ਹਾਂ ਐਕਸਪੋਜ਼ ਕਰੋ, ਸੋ ਇਸ ਚੀਜ਼ ਦੇ ਲਈ ਕਾਫੀ ਮਿਹਨਤ ਹੁੰਦੀ ਆ। ਵੀਡੀਓ ਬਣਾਉਣੀ, ਵੀਡੀਓ ਨੂੰ ਐਡਿਟ ਕਰਨਾ ਤਾਂ ਤੁਹਾਡੇ ਲਈ ਹੀ ਹੁੰਦਾ ਸਾਰਾ ਕੁਛ, ਆਪਾਂ ਇੰਪਲੀਮੈਂਟਸ ਵਗੈਰਾ ਲੈ ਕੇ ਆਉਂਦੇ, ਨਵੀਆਂ ਤੋਂ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਹਾਂਗੇ। ਕਹਿਣ ਦਾ ਭਾਵ ਕਿ ਹਰ ਇੱਕ ਨੂੰ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਆ ਅਤੇ ਸ਼ੇਅਰ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਜੋ ਮਿਹਨਤ ਹੁੰਦੀ ਆ ਜੇ ਆਪਾਂ ਉਹਨੂੰ ਇੱਕ ਨੋਰਮਲ ਤਰੀਕੇ ਨਾਲ ਸੋਚੀਏ ਤਾਂ ਦੇਖੀਏ ਤਾਂ ਹਰ ਇੱਕ ਚੀਜ਼ ਦੇ ਪਿੱਛੇ ਕਾਫੀ ਜ਼ਿਆਦਾ ਸਟਰਗਲ ਹੁੰਦੀ ਹੈਗੀ, ਇਸ ਲਈ ਸੋ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਹੈਗੀ। ਅਤੇ ਹੁਣ ਆਪਾਂ ਤੁਹਾਡੇ ਲਈ ਲੈ ਕੇ ਆ, ਤੁਸੀਂ ਦੇਖ ਹੀ ਰਹੇ ਹੋਵੋਗੇ, ਕਲਟੀਵੇਟਰ ਨੇ ਅਤੇ 13 ਦੇ ਕਲਟੀਵੇਟਰ ਨੇ, ਪਿੱਛੇ ਤੁਸੀਂ ਦੇਖ ਹੀ ਰਹੇ ਹੋਵੋਗੇ ਰੋਟਾਵੇਟਰ ਹੈਗਾ, 10 ਫੁੱਟ ਸਾਈਜ਼ ਦਾ ਰੋਟਾਵੇਟਰ ਹੈਗਾ, ਅਤੇ ਨਾਲ ਇੱਧਰ ਤੁਸੀਂ ਦੇਖ ਸਕਦੇ ਹੋ ਸਟਰਾ ਫੈਨ ਹੈਗਾ, ਤੂੜੀ ਵਾਲਾ ਪੱਖਾ ਕਹਿ ਦਿੰਦੇ ਜਿਹਨੂੰ ਆਪਾਂ ਪੰਜਾਬੀ 'ਚ। ਹੁਣ ਪ੍ਰੋਪਰ ਕਰਦੇ ਹਾਂ ਡਿਟੇਲ ਨਾਲ ਇਹਨਾਂ ਬਾਰੇ ਗੱਲਬਾਤ ਸਾਰੀ ਸ਼ੁਰੂ ਕਰ ਦਿਆਂਗੇ, ਤੁਸੀਂ ਦੇਖ ਹੀ ਰਹੋਗੇ ਮੇਰੇ ਨਾਲ, ਆ ਜਾਓ ਆਪਾਂ ਤੁਹਾਨੂੰ ਦਿਖਾਉਣੇ। ਸਭ ਤੋਂ ਪਹਿਲਾਂ ਪੱਖੇ ਦਾ ਰਿਵਿਊ ਕਰ ਦਿਆਂਗੇ, ਤੂੜੀ ਵਾਲਾ ਪੱਖਾ ਕਹਿ ਦਿੰਦੇ ਪੰਜਾਬੀ ਦੇ ਵਿੱਚ ਇਹਨੂੰ, ਇਹਦਾ ਸਾਈਜ਼ ਆ ਜਿਹੜਾ ਬਲੋਰ ਦਾ ਇਹ 34 ਇੰਚ ਦੇ ਸਾਈਜ਼ ਦੇ ਵਿੱਚ ਆ, ਬਾਕੀ ਜਿੰਨੀਆਂ ਵੀ ਇਹਨੂੰ ਪੁਲੀਆਂ ਵਗੈਰਾ ਲੱਗੀਆਂ ਨੇ ਕਾਸਟਿੰਗ ਦੀਆਂ ਨੇਗੀਆਂ, ਹੈਵੀ ਡਿਊਟੀ ਲਾਈਆਂ ਗਈਆਂ ਨੇ, ਤੁਸੀਂ ਦੇਖ ਸਕਦੇ ਹੋ। ਔਰ ਜਿਹੜੇ ਇਹਦੇ ਵਿੱਚ ਬੈਰਿੰਗ ਵਗੈਰਾ ਯੂਜ਼ ਕੀਤੇ ਜਾਂਦੇ ਨੇਗੇ, ਸਾਰੇ UC ਬੈਰਿੰਗ ਯੂਜ਼ ਕੀਤੇ ਜਾਂਦੇ ਨੇ, ਹੈਵੀ ਡਿਊਟੀ ਬਾਡੀ ਸਾਰੀ ਤਿਆਰ ਕੀਤੀ ਗਈ ਆ, ਤੁਸੀਂ ਦੇਖ ਸਕਦੇ ਹੋ। ਪੇਂਟ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ, ਬਾਕੀ ਉੱਪਰ ਤੁਸੀਂ ਦੇਖ ਸਕਦੇ ਹੋ ਇੱਥੇ 8 ਇੰਚ ਦੇ ਸਾਈਜ਼ ਦਾ ਪੈਪ ਫਿੱਟ ਹੁੰਦਾ ਗਾ, ਇਹਦੀ 100 ਫੁੱਟ ਦੀ ਕਵਰਿੰਗ ਕਰਦਾ, 100 ਫੁੱਟ ਤੋਂ ਚੱਕ ਲੈਂਦਾ ਗਾ ਤੂੜੀ ਵਗੈਰਾ ਸਿੱਟਦਾ ਗਾ, ਅਤੇ ਨਾਲ ਦੀ ਨਾਲ ਤੁਸੀਂ ਇੱਥੋਂ ਜਿੱਥੋਂ ਇਹਨੇ ਚੱਕਣੀ ਹੈਗੀ ਤੂੜੀ ਦੇਖ ਸਕਦੇ, ਇੱਥੇ ਤੁਸੀਂ ਪਾਈਪ ਵੀ ਫਿੱਟ ਕਰ ਸਕਦੇ ਹੋਗੇ ਅਤੇ ਬਿਨਾਂ ਤੰਗਲੀ ਨਾਲ ਵੀ ਲਾ ਕੇ ਇੱਥੋਂ ਤੁਸੀਂ ਤੂੜੀ ਵਗੈਰਾ ਚੁਕਾ ਸਕਦੇ ਹੋ, ਦੇਖ ਸਕਦੇ ਹੋਗੇ। ਬਾਕੀ ਤੁਸੀਂ ਦੇਖ ਸਕਦੇ, ਆਪਾਂ ਤੁਹਾਨੂੰ ਦਿਖਾਉਂਦੇ ਹਾਂ ਇਹਦੇ ਵਿੱਚ, ਇਹਦੇ ਵਿੱਚ 4 ਫਰ ਦਿੱਤੇ ਗਏ ਨੇ, ਤੁਸੀਂ ਦੇਖ ਸਕਦੇ ਹੋ ਹੈਵੀ ਡਿਊਟੀ, ਅਤੇ ਵਧੀਆ ਇਹਦੇ ਨਾਲ ਪ੍ਰੈਸ਼ਰ ਬਣਦਾ ਗਾ ਅਤੇ ਕੋਈ ਦਿੱਕਤ ਵਗੈਰਾ ਨਹੀਂ ਆਉਂਦੀ ਜੀ। ਬਾਕੀ ਬੈਲੈਂਸ ਵਗੈਰਾ ਪ੍ਰੋਪਰ ਕੱਢ ਕੇ ਤਿਆਰ ਕੀਤੇ ਗਏ ਨੇ, ਤੁਸੀਂ ਦੇਖ ਸਕਦੇ ਹੋ। ਬਾਕੀ ਨਾਲ ਦੇ ਨਾਲ ਵੀਰੋ ਥੱਲੇ ਟਾਇਰ ਦਿੱਤੇ ਗਏ ਨੇ, ਤੁਸੀਂ ਲਿਜਾਣਾ ਕਰਨਾ ਤੋਂ ਦੂਰ ਨੇੜੇ ਥੋੜ੍ਹਾ ਬਹੁਤਾ ਕਰੇ ਜਾਂ ਇੱਧਰ ਉੱਧਰ ਕਰਨਾ ਤਾਂ ਕੋਈ ਦਿੱਕਤ ਨਹੀਂ ਆਉਂਦੀ, ਹਰ ਤਰ੍ਹਾਂ ਦੀ ਇਹਦੇ ਵਿੱਚ ਜਾਣੀ ਕਿ ਇੱਥੇ ਤੁਸੀਂ ਦੇਖ ਸਕਦੇ ਹੋ। ਨਾਲ ਦੇ ਨਾਲ ਲਿਫਟ ਦਾ ਆਪਸ਼ਨ ਦਿੱਤਾ ਗਿਆ, ਇੱਥੋਂ ਚੱਕ ਕੇ ਤੁਸੀਂ ਇੱਧਰ ਉੱਧਰ ਲਿਜਾਣਾ ਅਤੇ ਜਿੱਦਾਂ ਵੀ ਤੁਸੀਂ ਹਰ ਤਰੀਕੇ ਨਾਲ ਇਹਤੋਂ ਕੰਮ ਲੈ ਸਕਦੇ ਹੋ। ਬਾਕੀ ਸਕਰੀਨ 'ਤੇ ਦਿੱਤੇ ਗਏ ਨੰਬਰ 'ਤੇ ਤੁਸੀਂ ਕਾਲ ਕਰਕੇ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਅਸੀਂ ਇੱਕ ਛੋਟਾ ਸਾਈਜ਼ ਵੀ ਤਿਆਰ ਕਰਦੇ ਹਾਂ ਅਤੇ ਉਹ ਹਰ ਪ੍ਰਕਾਰ ਦੀ ਸਾਨੂੰ ਜਾਣਕਾਰੀ ਫੋਨ ਮੋਬਾਈਲ ਨੰਬਰ 'ਤੇ ਤੁਸੀਂ ਕਾਲ ਕਰਕੇ ਸਾਨੂੰ ਸਾਰੀ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਊਗੀ। ਲੋਕੇਸ਼ਨ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੀ ਗਈ ਆ, ਤੁਸੀਂ ਚੈੱਕ ਕਰ ਸਕਦੇ ਹੋ। ਉੱਪਰ ਕਾਰਡ ਦੇ ਉੱਪਰ ਇਹਦੇ ਚੱਲਦੇ ਨੇ ਵੀਡੀਓਜ਼ ਵਗੈਰਾ ਦਿੱਤੀ ਗਈ ਆ, ਤੁਸੀਂ ਕਲਿੱਕ ਕਰਕੇ ਕਾਰਡ 'ਤੇ ਚੈੱਕ ਕਰ ਸਕਦੇ ਹੋ, ਵੀਡੀਓ ਸਾਰੀ ਦੇਖ ਸਕਦੇ ਹੋਗੇ। ਹਾਂਜੀ ਵੀਰੋ, ਤੁਸੀਂ ਦੇਖ ਸਕਦੇ ਹੋਗੇ ਮੇਰੇ ਪਿੱਛੇ ਕਲਟੀਵੇਟਰ ਨੇਗੇ, 13 ਦੇ ਕਲਟੀਵੇਟਰ ਨੇ, ਜਾਂ ਆਪਾਂ ਕਹਿ ਲਈਏ 13 ਦੇ ਹਾਲ ਨੇਗੇ, ਇਹ ਡੀਲਕਸ ਮਾਡਲ ਦੇ ਵਿੱਚ ਨੇ, ਤੁਸੀਂ ਦੇਖ ਸਕਦੇ ਹੋ। ਹੈਵੀ ਡਿਊਟੀ ਸਾਰਾ ਮਟੀਰੀਅਲ ਫਰੇਮ ਯੂਜ਼ ਕੀਤਾ ਗਿਆ ਹੈਗਾ, ਜੋ ਟਾਈਨ ਦੀ ਕੁਆਲਿਟੀ ਆ ਤੁਸੀਂ ਦੇਖ ਸਕਦੇ ਹੋਗੇ, ਹੈਵੀ ਡਿਊਟੀ ਟਾਈਨ ਆ ਗਈ, ਡੀਲਕਸ ਮਾਡਲ ਕਹਿ ਦਿੰਦੇ ਆਪਾਂ ਇਹਨੂੰ, ਇਹਦੇ ਵਿੱਚ ਬਿਨਾਂ ਜੋੜ ਤੋਂ ਟਾਈਨ ਆ ਗਈ। ਤੁਸੀਂ ਪਹਿਲਾਂ ਵੀ ਵੀਡੀਓ 600 ਦੇਖਿਆ ਹੀ ਹੋਣਾ ਗਾ, ਆਪਾਂ ਇਸ ਸੀਜ਼ਨ ਦੇ ਵਿੱਚ ਨਵੀਂ ਚੀਜ਼ ਐਡ ਕੀਤੀ ਹੈਗੀ, ਲੈ ਕੇ ਆਏਗਾ ਆਪਾਂ ਇਸ ਚੀਜ਼ ਨੂੰ, ਤੁਸੀਂ ਦੇਖ ਸਕਦੇ ਬਿਨਾਂ ਵਿਦਆਊਟ ਜੋੜ ਤੋਂ ਟਾਈਨ ਆ ਗਈ ਹੈ। ਨਾਲ ਦੇ ਨਾਲ ਜਿੰਨੇ ਵੀ ਇਹਨੂੰ ਪਾਰਟ ਲੱਗੇ ਨੇ ਵੀਰ, ਉਹ ਲੇਜ਼ਰ ਕਟਿੰਗ ਲਾਏ ਜਾਂਦੇ ਨੇਗੇ ਤਾਂ ਕਿ ਇਹਦੀ ਕੁਆਲਿਟੀ ਅੱਛੀ ਬਣੀ ਰਹੇ। ਤੁਸੀਂ ਦੇਖ ਸਕਦੇ ਹੋ ਸਾਰੀ A to Z ਜੋ ਵੀ ਇੱਥੇ ਲਿੰਕਾਂ ਵਾਲਾ ਸਿਸਟਮ ਹੈਗਾ, ਸਾਰਾ ਲੇਜ਼ਰ ਕਟਿੰਗ ਯੂਜ਼ ਕੀਤਾ ਜਾਂਦਾ ਵਾ। ਔਰ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਅਸੈਸਰੀ ਵਗੈਰਾ ਜੋ ਵੀ ਆ, ਹੈ ਨਾ, ਸਾਰੀ ਲੇਜ਼ਰ ਕਟਿੰਗ ਦਿੱਤੀ ਗਈ ਹੈਗੀ ਤਾਂ ਕੋਈ ਇੱਕ ਸੋਹਣੀ ਲੁੱਕ ਵੀ ਬਣੇ ਅਤੇ ਔਰ ਅੱਛੀ ਕੁਆਲਿਟੀ ਦੇ ਵਿੱਚ ਕਲਟੀਵੇਟਰ ਤਿਆਰ ਹੋਣ। ਅਤੇ ਬਾਕੀ ਜਿਹੜੀ ਇਹਨਾਂ ਦੀ ਆਪਾਂ ਗੱਲ ਕਰੀਏ ਪਰਫੋਰਮੈਂਸ ਦੀ ਆ, ਤੁਸੀਂ ਉਹਨਾਂ ਉਹ ਤਾਂ ਤੁਹਾਨੂੰ ਤਕਰੀਬਨ ਸਾਰਿਆਂ ਨੂੰ ਲਗਭਗ ਪਤਾ ਹੀ ਆ ਵੀ ਕਿੱਦਾਂ ਦਾ ਆਪਣਾ ਇਹਦਾ ਪਰਫੋਰਮੈਂਸ ਆ ਕਲਟੀਵੇਟਰਾਂ ਦੀ, ਹੈ ਨਾ, ਜਿਵੇਂ
ਹੁਣ ਆਪਾਂ ਗੱਲ ਕਰਦੇ ਹਾਂ ਜੇ ਮੇਨ ਇਹਦੀ ਹਿੱਚ ਦੀ ਗੱਲ ਕਰਦੇ ਹਾਂ ਤਾਂ 2.5 ਇੰਚੀ 500 ਦੀ ਹਿੱਚ ਲਾਈ ਜਾਂਦੀ ਹੈਗੀ। ਔਰ ਵੀਰੋ ਇਹਦੇ ਵਿੱਚ ਕੀ ਹੁੰਦਾ ਗਾ, ਜਿਹੜੀ ਆਪਾਂ ਹਿੱਚ ਯੂਜ਼ ਕਰਦੇ ਹਾਂਗੇ ਇਹਨੂੰ ਪਿੱਛੋਂ ਫੈਲਾ ਕੇ ਯੂਜ਼ ਕਰਦੇ ਹਾਂ। ਮੈਂ ਅਕਸਰ ਇੱਕ ਦੋ ਵੀਡੀਓ ਵਿੱਚ ਪਹਿਲਾਂ ਵੀ ਇਹ ਚੀਜ਼ ਦਾ ਜ਼ਿਕਰ ਕੀਤਾ ਗਾ ਤਾਂ ਕਿ ਇਹਦਾ ਬੈਲੈਂਸ ਬਣਿਆ ਰਹੇ। ਪਰ ਅੱਜ ਦੇ ਸਮੇਂ ਦੇ ਵਿੱਚ ਬਹੁਤੀ ਡਿਮਾਂਡ ਇਹ ਹੋਣ ਲੱਗ ਪਈ ਆ ਕਿ ਵੱਧ ਤੋਂ ਵੱਧ ਸੋਹਣਾ ਕਿੱਦਾਂ ਬਣੇ ਕੋਈ ਵੀ ਇੰਪਲੀਮੈਂਟ ਆ, ਹੈ ਨਾ। ਲਾਈਕ ਜੇ ਕਿਸੇ ਵੀਰ ਭਰਾ ਨੂੰ ਉਹਦੀ ਐਜ਼ ਦਾ ਰਿਕਮੈਂਡ ਤਾਂ ਆਪਾਂ ਇਹਨੂੰ ਰੋਟਾਵੇਟਰ ਟਾਈਪ ਹਿੱਚ ਵੀ ਆਪਾਂ ਦੇ ਸਕਦੇ ਹਾਂਗੇ। ਆਉਣ ਵਾਲੇ ਸਮੇਂ 'ਚ ਜਲਦੀ ਲੈ ਕੇ ਆਵਾਂਗੇ, ਉਹਦੇ ਵਿੱਚ ਆਪਣਾ ਲੋਗੋ ਵਗੈਰਾ ਕੱਟ ਬਹੁਤ ਅੱਛੀ ਜਾਣੀ ਕਿ ਹਿੱਚ ਤਿਆਰ ਕੀਤੀ ਗਈ ਹੈਗੀ। ਕਿਉਂਕਿ ਉਹਦਾ ਇਹ ਚੀਜ਼ ਹੁੰਦਾ ਹਿੱਚ ਦਾ, ਕਿਉਂਕਿ ਜਿੱਥੋਂ ਉਹਨੂੰ ਅੱਗੇ ਤੋਂ ਫਿੱਟ ਕਰਨੀ ਆਪਾਂ ਇੱਥੇ ਇਸ ਜਗ੍ਹਾ ਤੋਂ ਤਾਂ ਉਹਦੀ ਬੈਕ ਸਾਈਡ ਤੋਂ ਵੀ ਸਪੋਰਟ ਉਹਨੂੰ ਉੱਥੇ ਹੀ ਬਣਨੀ ਆ, ਹਿੱਚ ਨੇ ਪਿੱਛੋਂ ਹੀ ਕਵਰ ਹੋਣਾ ਗਾ। ਅਤੇ ਜਿਹੜੇ ਮੋਸਟਲੀ ਵੱਡੇ ਵੱਡੇ ਕਲਟੀਵੇਟਰ ਹੁੰਦੇ ਨੇ, ਮੰਨ ਲਓ 21 ਦੇ, 19 ਦੇ, 15 ਟਾਈਮ ਦੇ, ਹੈ ਨਾ, ਜੋ ਵੀ ਕਲਟੀਵੇਟਰ ਵੱਡੇ ਵੱਡੇ ਆ, ਫਿਰ ਉੱਥੇ ਉਹਨਾਂ ਨੂੰ ਟਾਇਰਾਂ ਦੀ ਜ਼ਰੂਰਤ ਪੈ ਜਾਂਦੀ ਆ। ਸਾਡਾ ਮੋਟਿਵ ਫੋਕਸ ਕੀ ਹੁੰਦਾ ਸੀ ਪਹਿਲਾਂ ਕਿ ਆਪਾਂ ਕਲਟੀਵੇਟਰ ਕਿੰਨੇ ਵੀ ਵੱਡੇ ਬਣਾਉਣੇ ਆ, ਆਪਾਂ ਨੂੰ ਟਾਇਰ ਨਹੀਂ ਦੇਣੇ, ਕਿਉਂਕਿ ਤਕਰੀਬਨ ਮੋਸਟਲੀ ਵੱਡੀਆਂ ਵੱਡੀਆਂ ਫਰਮਾਂ ਟਾਇਰ ਦਿੰਦੀਆਂ ਨੇਗੀਆਂ। ਪਰ ਹਰਜ ਵੀ ਕੋਈ ਨਹੀਂ ਹੈਗਾ ਜੇ ਮੰਨ ਕੇ ਚੱਲੀਏ, ਚਲੋ ਵਧੀਆ ਰਿਜ਼ਲਟ ਆ ਟਾਇਰਾਂ ਦਾ। ਸੋ ਇਸ ਕਰਕੇ ਹੁਣ ਆਪਾਂ ਉਹ ਹਿੱਚ ਨੂੰ ਵੀ ਐਡ ਕੀਤਾ ਗਾ, ਜਿਹੜੀ ਕਿ ਹੁਣ ਲੁੱਕ ਵਾਈਜ਼ ਇੱਕ ਅੱਛੀ ਕੁਆਲਿਟੀ ਦੇਊਗੀ। ਆਉਣ ਵਾਲੀ ਵੀਡੀਓ 'ਚ ਤੁਹਾਡੇ ਲਈ ਲੈ ਕੇ ਆਵਾਂਗੇ। ਪਰ ਜਿਹੜੀ ਇਹਦੀ ਇਹ ਆਪਾਂ ਗੱਲ ਕਰੀਏ ਵੀ ਕੁਆਲਿਟੀ ਦੀ ਹਿੱਚ ਦੀ, 2.5 ਇੰਚ ਚੌੜੀ ਆ, 500 ਤੋਂ ਮੋਟੀ ਆ ਗਈ, ਆਪਾਂ ਲਾਈਕ ਕਹਿ ਲਈਏ, ਹੈ ਨਾ, ਵੀ ਇਹਦੀ ਲਾਈਫ ਦੀ ਆਪਾਂ ਨੂੰ ਕੋਈ ਦਿੱਕਤ ਨਹੀਂ ਰਹੂਗੀ। ਤੋ ਖੈਰ ਬਸ ਇਹ ਹੈ ਵੀ ਜੇ ਕਿਸੇ ਵੀ ਵੀਰ ਭਰਾ ਨੂੰ ਜਿੱਦਾਂ ਦਾ ਵੀ ਉਹਦੇ ਅਕੋਰਡਿੰਗ ਰਿਕਮੈਂਡ 'ਤੇ, ਹੈ ਨਾ, ਵੀ ਆਪਾਂ ਨੂੰ ਚਾਹੀਦੀ ਕਿੱਦਾਂ ਦੀ, ਆਪਾਂ ਉੱਦਾਂ ਦੀ ਹਿੱਚ ਵੀ ਆਪਾਂ ਲੈ ਕੇ ਆ ਰਹੇ ਹਾਂ ਜਲਦੀ, ਉਹ ਆਪਾਂ ਦਿਆ ਕਰਨੀ ਹੈਗੀ। ਅਤੇ ਆਜੋ ਹੁਣ ਆਪਾਂ ਇਹਦੀ ਗੱਲ ਕਰਦੇ ਹਾਂ ਮੇਨ ਪਾਈਪ ਦੀ, ਜੋ ਵੀ ਇਹਨੂੰ ਪਾਈਪ ਲਾਇਆ ਜਾਂਦਾ ਗਾ। ਇਹਨੂੰ ਵੀਰੋ ਤੁਸੀਂ ਦੇਖ ਸਕਦੇ ਹੋ 80x80 ਦਾ ਪਾਈਪ ਯੂਜ਼ ਕੀਤਾ ਜਾਂਦਾ ਗਾ, ਜਿਹਦੀ ਕਿ ਥਿਕਨੈਸ ਜ਼ਿਆਦਾਤਰ ਤਾਂ 5 mm ਦਿੱਤੀ ਜਾਂਦੀ ਹੈ। ਆਪਾਂ ਇਹਦੀ 6 mm ਦੀ ਥਿਕਨੈਸ ਦਿੰਦੇ ਹਾਂਗੇ, ਕਿਉਂਕਿ ਵੱਡੀਆਂ ਵੱਡੀਆਂ ਫਰਮਾਂ ਦੇ ਵਿੱਚ ਲਾਈਕ ਕੀ ਹੁੰਦਾ ਕਿ ਵਾਸ਼ਲਾਂ ਪਾ ਕੇ ਨਟ ਕੱਸ ਦਿੱਤੇ ਜਾਂਦੇ ਨੇਗੇ ਤਾਂ ਕਿ ਉਹ ਨਟ ਵਿੱਚ ਨਾ ਜਾਵੇ। ਆਪਾਂ ਇਹਦੀ ਥਿਕਨੈਸ ਹੀ ਇੰਨੀ ਹੈਵੀ ਕਰ ਦਿੱਤੀ ਗਈ ਆ ਤਾਂ ਉਹ ਚੀਜ਼ਾਂ ਦੀ ਇਹਨੂੰ ਜ਼ਰੂਰਤ ਨਹੀਂ ਪੈਂਦੀ। ਅਤੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਜਿਹੜੀ ਇਹਦੀ ਟਾਈਨ ਆ ਗਈ, ਅੱਗੇ ਤੋਂ ਤੁਸੀਂ ਦੇਖ ਸਕਦੇ ਹੋ ਜੋ ਵੀ ਇਹਦੀ ਕੁਆਲਿਟੀ ਆ, ਜਿੱਥੇ ਨਟ ਪੈਂਦੇ ਇਹਦੀ ਸਪੋਰਟ ਆ ਬਹੁਤ ਹੈਵੀ ਡਿਊਟੀ ਦਿੱਤੀ ਗਈ ਹੈਗੀ। ਇਹਨੂੰ ਮਿਕਸ ਕਹਿ ਦਿੰਦੇ ਆਪਾਂ, ਕਾਸਟਿੰਗ ਨਹੀਂ ਕਹਿ ਸਕਦੇ ਕਿਉਂਕਿ ਇਹਨੂੰ ਵੈਲਡਿੰਗ ਹੋ ਜਾਂਦੀ ਹੈਗੀ ਔਰ ਲਾਈਫ ਬਹੁਤ ਜ਼ਿਆਦਾ ਆ ਗਈ ਇਹਦੀ। ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਇੱਕ ਸੋਹਣੀ ਸ਼ੇਪ ਦਿੰਦੀ ਆ ਔਰ ਕੁਆਲਿਟੀ ਵਾਈਜ਼ ਵੀ ਅੱਛੀ ਲੱਗਦੀ ਆ, ਤੁਸੀਂ ਦੇਖ ਸਕਦੇ ਹੋ। ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਜਿਹੜੀ ਇਹਦੀ ਫਾਲੀ ਆ ਗਈ, ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਵੀਡੀਓ ਦੇ ਵਿੱਚ, ਆਪਾਂ ਰੇਲਵੇ ਦੀ ਕਮਾਣੀ ਦਾ ਫਾਲਾ ਯੂਜ਼ ਕਰਦੇ ਹਾਂਗੇ, ਇਹਦੀ ਚੰਗੀ ਲਾਈਫ ਆ ਗਈ। ਔਰ ਜਿੱਦਾਂ ਇਹਨੇ ਘਸਣਾ ਗਾ ਇੱਥੋਂ ਵੀਰੋ, ਇਹਦੀ ਸ਼ੇਪ ਇੱਦਾਂ ਹੀ ਰਹਿਣੀ ਹੈਗੀ, ਤਿੱਖੀ ਹੀ ਜਾਣੀ ਆ ਨੇ, ਉਨੇ ਕੰਫਰਟੇਬਲ ਰੱਖਣਾ ਕਲਟੀਵੇਟਰਾਂ ਨੂੰ। ਤੁਸੀਂ ਲਾਈਕ ਕਹਿ ਲਓ ਕਿ ਆਪਾਂ ਜੇ ਆਪਾਂ 19 ਦਾ ਕਲਟੀਵੇਟਰ ਵੀ ਬਣਾਵਾਂਗੇ, ਜੇ ਆਪਾਂ 23 ਦਾ ਕਲਟੀਵੇਟਰ ਵੀ ਬਣਾਵਾਂਗੇ, ਤਾਂ ਆਪਾਂ ਇਹੀ ਫਾਲਾ ਹੀ ਯੂਜ਼ ਕਰਾਂਗੇ ਜਿਹੜੀ ਕਿ ਆਪਣੀ ਕੁਆਲਿਟੀ ਆ ਫਾਲੇ ਦੀ। ਕਿਸੇ ਵੀਰ ਭਰਾ ਨੂੰ ਐਕਸਟਰਾ ਫਾਲੇ ਦੀ ਵੀ ਜ਼ਰੂਰਤ ਹੁੰਦੀ ਆ ਤਾਂ ਤੁਸੀਂ ਸਕਰੀਨ 'ਤੇ ਦਿੱਤੇ ਗਏ ਨੰਬਰ 'ਤੇ ਕੰਟੈਕਟ ਕਰਕੇ ਫਾਲੇ ਵੀ ਆਲ ਇੰਡੀਆ, ਆਲ ਓਵਰ ਕਿਤੇ ਵੀ ਤੁਸੀਂ ਮੰਗਵਾ ਸਕਦੇ ਹੋ ਸਾਡੇ ਤੋਂ। ਨਾਲ ਦੇ ਨਾਲ ਬਾਕੀ ਤੁਸੀਂ ਦੇਖ ਸਕਦੇ ਹੋ ਆਪਣਾ ਲੋਗੋ ਦਿੱਤਾ ਗਿਆ ਸਾਈਡ 'ਤੇ, ਤੁਸੀਂ ਸੋਹਣੇ ਲੁੱਕ ਦਿੰਦੇ ਹੈਗੇ। ਔਰ ਇੱਕ ਨਵੀਂ ਚੀਜ਼ ਵੀਰੋ ਇਹਦੇ ਵਿੱਚ ਐਡ ਕੀਤੀ, ਆਪਾਂ ਕਲਟੀਵੇਟਰ ਸਟਾਰਟ ਕੀਤੇ ਨੇ, ਨਟ ਵਾਲਾ ਸਿਸਟਮ ਤੁਸੀਂ ਪਿਛਲੀ ਵੀਡੀਓ 'ਚ ਦੇਖ ਹੀ ਚੁੱਕੇ ਹੋਗੇ। ਸੋ ਵੀਰ ਨੇ ਸਾਈਡ ਵਾਲੇ 2 ਨਟ ਵਾਲੇ ਸਿਸਟਮ ਕਰਵਾਏ ਨੇ ਵੀ ਸਾਨੂੰ ਬਾਹਰਲੇ ਨਟ ਵਾਲੇ ਸਿਸਟਮ ਕਰ ਦਿਓ, ਵੀ ਜਦੋਂ ਕੋਈ ਫਸ ਗਿਆ, ਜੜਤਨ ਆ ਗਿਆ ਤਾਂ ਨਟ ਟੁੱਟ ਜਾਂਦਾ ਗਾ। ਸੋ ਜੇ ਪ੍ਰੋਪਰ ਸਾਰੇ ਦੇ ਸਾਰੇ ਵੀ ਕਿਸੇ ਵੀਰ ਨੂੰ ਚਾਹੀਦੇ ਆ ਤਾਂ ਉਹ ਇਸ ਦਾ ਆਪਣਾ ਤੁਹਾਡੀ ਚੋਇਸ 'ਤੇ, ਹੈ ਨਾ, ਆਪਾਂ ਨਟ ਵਾਲੇ ਵੀ ਕਰ ਦਿੰਦੇ ਹਾਂਗੇ। ਅਤੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਜਿਹੜੇ ਕੁੰਡੇ ਲੱਗੇ ਹੋਏ ਨੇ, ਬਹੁਤ ਸੋਹਣੇ ਲੁੱਕ ਦਿੰਦੇ ਨੇਗੇ, ਲੇਜ਼ਰ ਕਟਿੰਗ ਸਾਰੇ ਟੋਟਲੀ ਪਾਰਟ ਯੂਜ਼ ਕੀਤੇ ਜਾਂਦੇ ਨੇਗੇ। ਅਤੇ ਜਿਹੜਾ ਤੁਸੀਂ ਇਹਦਾ ਨਟ ਵਾਲਾ ਆਪਾਂ ਦਿਖਾਵਾਂਗੇ ਤੁਹਾਨੂੰ, ਜਿਹੜਾ ਨਟ 17 ਨੰਬਰ ਦਾ ਯੂਜ਼ ਕੀਤਾ ਗਿਆ ਵੀਰੋ, TVS ਦਾ ਨਟ ਪਾਉਂਦੇ ਹਾਂ ਆਪਾਂ। ਮੋਸਟਲੀ ਕੀ ਹੁੰਦਾ, ਜ਼ਿਆਦਾਤਰ ਤਾਂ ਥੋੜ੍ਹੀ ਜਿਹੀ ਪੱਕੀਆਂ ਹਾਰਡ ਪਿਆਲੀਆਂ ਹੁੰਦੀਆਂ ਨੇਗੀਆਂ, ਉੱਥੇ ਫਸ ਕੇ ਉੱਦਾਂ ਨਟ ਟੁੱਟਦੇ ਹੀ ਰਹਿੰਦੇ ਨੇਗੇ ਜਦੋਂ ਆਪਾਂ ਕੱਚੇ ਨਟ ਯੂਜ਼ ਕਰਦੇ ਹਾਂਗੇ। ਇੱਥੇ ਆਪਾਂ TVS ਦਾ ਨਟ ਦਿੱਤਾ ਗਿਆ ਗਾ, ਜਦੋਂ ਕਿਤੇ ਜ਼ਿਆਦਾ ਫਸੂਗਾ ਉਦੋਂ ਮਤਲਬ ਕਿ ਇਹਨੇ ਟੁੱਟਣਾ ਗਾ, ਅਦਰਵਾਈਜ਼ ਇਹ ਨਹੀਂ ਹੋਊਗਾ ਵੀ ਜਿੰਨੀ ਸਖਤ ਪਿਆਲੀ ਆ, ਸਖਤ ਹਾਰਡ ਪਿਆਲੀ ਆ ਗਈ, ਕੋਈ ਦਿੱਕਤ ਨਹੀਂ ਆਊਗੀ ਇੱਦਾਂ ਦੀ ਵੀ। ਜਿਹੜਾ ਨਾਲ ਦੇ ਨਾਲ ਤੁਸੀਂ ਦੇਖ ਸਕਦੇ ਹੋ ਪਿੱਛੇ ਨਟ ਦਿੱਤਾ ਗਿਆ, ਇਹਦੇ 4 ਸੂਤ ਦਾ ਹੈਵੀ ਨਟ ਦਿੱਤਾ ਗਿਆ, ਇਹ 'ਤੇ ਇਹਨੇ ਟਾਈਮ ਨੇ ਘੁੰਮ ਜਾਣਾ ਗਾ, ਅਗਲਾ ਟੁੱਟ ਕੇ ਇੱਥੋਂ ਘੁੰਮ ਜਾਣਾ ਗਾ, ਤੁਸੀਂ ਦੇਖ ਹੀ ਸਕਦੇ ਹੋ। ਬਾਕੀ ਆਪਾਂ ਗੱਲ ਕਰਦੇ ਹਾਂ ਪ੍ਰੋਪਰ ਇਹਦੇ ਸਾਈਜ਼ ਦੀ, ਵੀਰੋ ਇਹਦਾ ਸਾਈਜ਼ ਲਮਸਮ 9 ਫੁੱਟ ਦੇ ਕਰੀਬ, 9.5 ਫੁੱਟ ਹੋ ਜਾਂਦਾ ਗਾ, 113-114 ਇੰਚ ਦੇ ਕਰੀਬ ਇਹਦੀ ਲੰਬਾਈ ਹੋ ਜਾਂਦੀ ਹੈਗੀ, ਤੁਸੀਂ ਦੇਖ ਸਕਦੇ ਹੋਗੇ। ਬਾਕੀ ਹੈਵੀ ਡਿਊਟੀ ਹੁੱਕ ਦਿੱਤੀ ਗਈ ਆ, ਤੁਸੀਂ ਦੇਖ ਸਕਦੇ ਹੋਗੇ। ਔਰ ਨਾਲ ਦੀ ਨਾਲ ਇੱਕ ਸੋਹਣੀ ਲੁੱਕ ਦਿੰਦੇ ਨੇਗੇ, ਜਿਹੜੀ ਅਸੈਸਰੀ ਲਾਉਣ ਲੱਗੇ ਹੈਗੀ, ਰਿਫਲੈਕਟਰ ਵਗੈਰਾ ਦਿੱਤੇ ਜਾਂਦੇ ਨੇਗੇ, ਇਹ ਡੀਲਕਸ ਮਾਡਲ ਦੇ ਵਿੱਚ ਹੀ ਦਿੱਤੇ ਜਾਂਦੇ ਹੈਗੇ। ਸੋ ਆਪਣੇ ਕੋਲ ਵੀਰੋ ਕਲਟੀਵੇਟਰਾਂ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਵੀ 7 ਤੋਂ 8 ਸਾਈਜ਼ ਦੇ ਲਮਸਮ ਅਸੀਂ ਮਾਡਲ ਤਿਆਰ ਕਰ ਦਿਆਂਗੇ। ਉਹਦੇ ਵਿੱਚ ਕੀ ਹੁੰਦਾ ਗਾ, ਜ਼ਿਆਦਾ ਟਰੈਕਟਰ ਦੇਖਦੇ ਹਾਂ ਆਪਾਂ, ਏਰੀਆ ਦੇਖਦੇ ਹਾਂ, ਜ਼ਮੀਨ ਦੇਖਦੇ ਹਾਂ, ਉਹਨਾਂ ਦੇ ਵਿੱਚੋਂ ਜੋ ਵੀ ਕੈਲਕੂਲੇਸ਼ਨ ਕਰਕੇ ਆਪਾਂ ਤੁਹਾਨੂੰ 2 ਜਾਂ 3 ਮਾਡਲਸ
ਹੁਣ ਜਿੱਦਾਂ ਵੀਰੋ ਤੁਸੀਂ ਇਹ ਕਲਟੀਵੇਟਰ ਦੇਖ ਸਕਦੇ ਹੋ, ਇਹਦੇ ਵਿੱਚ ਦੋ ਮਾਡਲ ਤਿਆਰ ਕੀਤੇ ਜਾਂਦੇ ਨੇਗੇ। ਇਹ 80-80 ਦੇ ਫਰੇਮ ਦੇ ਵਿੱਚ ਹੈਗਾ, ਔਰ ਨਾਲ ਦੀ ਨਾਲ ਜਿਹੜਾ ਉਹ 72-72 ਦਾ ਹੋ ਜੂਗਾ ਕੀਤਾ ਜਾਂਦਾ। ਉਹਦੇ ਵਿੱਚ ਇਹਦੀ ਜਿਹੜੀ ਹਿੱਚ ਹੈਗੀ ਉਹਦੀ ਮੋਟਾਈ ਘੱਟ ਜਾਣੀ ਹੈਗੀ, 4 ਸੂਤ ਦੀ ਹੋ ਜੂਗੀ, 12 mm ਦੇ ਲਮਸਮ ਮੰਨ ਕੇ ਚਲੋ ਹੋ ਜਾਣੀ ਆ 2.5 ਇੰਚ ਬਾਈ। ਅਤੇ ਬਾਕੀ ਜਿਹੜਾ ਹੋਰ ਜਿੰਨਾ ਵੀ ਫਰੇਮ ਨੂੰ ਲੱਗਿਆ ਹੁੰਦਾ ਗਾ, ਪਾਈਪ ਵਗੈਰਾ ਜਾਂ ਇਹ ਸਾਰਾ ਹਲਕਾ ਹੋ ਜਾਂਦਾ ਗਾ, ਉਹ ਘੱਟ ਬਜਟ ਦੇ ਵਿੱਚ ਤਿਆਰ ਕੀਤਾ ਜਾਂਦਾ ਗਾ। ਬਾਕੀ ਪ੍ਰਾਈਸ ਦੀ ਗੱਲ ਕਰੀਏ ਵੀਰੋ, ਪਹਿਲਾਂ ਆਪਾਂ ਪ੍ਰਾਈਸ ਮੈਂਸ਼ਨ ਕਰਦੇ ਹੁੰਦੇ ਸੀ ਤਾਂ ਕਈ ਵਾਰੀ 1-2 ਸਾਲ ਬਾਅਦ ਵੀ ਕਸਟਮਰ ਸਾਨੂੰ ਇਹ ਕਹਿ ਦਿੰਦੇ ਹੈਗੇ ਵੀ ਤੁਸੀਂ ਵੀਡੀਓ ਦੇ ਵਿੱਚ ਪ੍ਰਾਈਸ ਘੱਟ ਦੱਸੇ ਸੀ, ਤੁਸੀਂ ਇੱਦਾਂ ਹੈ ਨਾ। ਸੋ ਤੁਸੀਂ ਆਪ ਹੀ ਸਮਝਦਾਰ ਹੋ, ਟਾਈਮ ਦੇ ਅਕੋਰਡਿੰਗ ਚੇਂਜ ਹੁੰਦੇ ਰਹਿੰਦੇ ਆ ਰੇਟ, ਪ੍ਰਾਈਸ ਵਗੈਰਾ ਪਿੱਛੋਂ ਚੇਂਜ ਹੁੰਦੇ ਰਹਿੰਦੇ ਆ, ਜੋ ਵੀ ਆ ਸਮੇਂ ਅਨੁਸਾਰ ਤੁਸੀਂ ਸਕਰੀਨ 'ਤੇ ਦਿੱਤੇ ਗਏ ਨੰਬਰ 'ਤੇ ਕਾਲ ਕਰਕੇ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਅਤੇ ਕਾਲ ਕਰਨ ਦਾ ਜਿਹੜਾ ਸਮਾਂ ਹੈਗਾ ਮੈਂ ਪਹਿਲਾਂ ਵੀ ਦੱਸ ਚੁੱਕਿਆ, ਸਵੇਰੇ ਮੋਰਨਿੰਗ 8 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਤੁਹਾਡੀ ਕਾਲ ਐਕਸੈਪਟ ਹੋਊਗੀ ਔਰ ਚੰਗੀ ਪ੍ਰੋਪਰ ਜਾਣਕਾਰੀ ਦਿੱਤੀ ਜਾਊਗੀ। ਸੋ ਜਿੰਨੇ ਵੀ ਵੀਰ ਦੇ ਕਲਟੀਵੇਟਰ ਨੇ ਇਹ ਕਪੂਰਥਲੇ ਸਾਈਡ ਜਾਣੇ ਨੇਗੇ, ਆਲੂਆਂ ਦਾ ਫਾਰਮ ਆ ਵੀਰ ਦਾ, ਟਰਾਲੀਆਂ ਜਾਂ ਜਿੰਨੇ ਵੀ ਇੰਪਲੀਮੈਂਟ ਲਾ ਲਓ ਹੈ ਨਾ, ਉਹਨਾਂ ਦਾ ਇੱਕੋ ਹੀ ਪੇਂਟ ਕਰਵਾਉਂਦੇ ਨੇ ਵੀਰ, ਪਿੰਕ ਕਲਰ ਕਰਵਾਉਂਦੇ ਨੇਗੇ। ਸੋ ਆਪਣੇ ਕੋਲ ਵੀ ਇਹਨਾਂ ਨੇ ਡਿਮਾਂਡ ਰੱਖੀ ਸੀ ਕਿ ਸਾਨੂੰ ਇਹ ਕਲਰ ਚਾਹੀਦਾ ਹੈਗਾ। ਵੀਰਾਂ ਨੇ ਰੋਟਾਵੀਟਰ ਪਰਚੇਜ਼ ਕੀਤਾ ਆਪਣੇ ਤੋਂ, ਅਤੇ ਔਰ ਨਾਲ ਦੀ ਨਾਲ ਕਲਟੀਵੇਟਰ ਵੀ ਪਰਚੇਜ਼ ਕੀਤੇ ਆ, ਤੁਸੀਂ ਦੇਖ ਸਕਦੇ ਹੋ। ਅਤੇ ਦੋਨਾਂ ਦਾ ਕਲਰ ਵੀਰਾਂ ਦੀ ਚੋਇਸ ਸੀਗੀ, ਆਪਾਂ ਵੀ ਸਾਨੂੰ ਪਿੰਕ ਕਲਰ ਚਾਹੀਦਾ, ਤੁਸੀਂ ਦੇਖ ਸਕਦੇ ਹੋ ਪੇਂਟ ਦੀ ਕੁਆਲਿਟੀ ਹੈ ਨਾ। ਸੋ ਆਪਾਂ ਦਿੱਤਾ ਗਾ ਵੀਰਾਂ ਨੂੰ ਉਹਨਾਂ ਦੀ ਚੋਇਸ 'ਤੇ ਜੋ ਵੀ ਇਹਨਾਂ ਦੀ ਡਿਮਾਂਡ ਸੀਗੀ। ਬਹੁਤ ਅੱਛਾ ਪੇਂਟ ਹੋਇਆ ਗਾ, ਸੋਹਣਾ ਵੀ ਲੱਗ ਰਿਹਾ ਪੇਂਟ, ਜਿੱਦਾਂ ਦੀ ਚੋਇਸ ਹੁੰਦੀ ਆ ਤੁਹਾਡੀ ਆਪਾਂ ਤੁਸੀਂ ਉੱਦਾਂ ਆਪਾਂ ਪੇਂਟ ਵਗੈਰਾ ਵੀ ਕਰਦੇ ਹਾਂ ਜਿੱਦਾਂ ਵੀ ਸਾਨੂੰ ਚਾਹੀਦੀ ਹੈਗੀ। ਵੀਰੋ ਕਿੱਦਾਂ ਦੀ ਲੱਗੀ ਵੀਡੀਓ ਕਲਟੀਵੇਟਰਾਂ ਦੀ ਹੈ ਨਾ, ਤੁਸੀਂ ਕਮੈਂਟ ਕਰਕੇ ਤਾਂ ਦੱਸ ਹੀ ਦਿਓ, ਜ਼ਰੂਰ ਦੱਸਣਾ ਵੀ ਆ, ਅਤੇ ਨਾਲ ਦੀ ਨਾਲ ਸ਼ੇਅਰ ਵੀ ਕਰਨਾ ਵੀਡੀਓ ਨੂੰ, ਤਾਂ ਕਿ ਹਰ ਇੱਕ ਭਰਾ ਨੂੰ ਹਰ ਇੱਕ ਵੀਰ ਨੂੰ ਜ਼ਰੂਰਤ ਹੁੰਦੀ ਆ ਹੈ ਨਾ, ਸਾਰਿਆਂ ਤੱਕ ਪਹੁੰਚੇ। ਆਪਾਂ ਇਹ ਕਹਿੰਦੇ ਹਾਂ ਕਿ ਜਿਵੇਂ ਮੈਂ ਪਹਿਲਾਂ ਸਟਾਰਟਿੰਗ ਵੇਲੇ ਗੱਲ ਕੀਤੀ ਸੀ ਕਿ ਇੱਕ ਸਟਰਗਲ ਹੁੰਦੀ ਆ ਹਰ ਇੱਕ ਚੀਜ਼ ਦੀ ਹੈ ਨਾ, ਤੁਹਾਡੇ ਲਈ ਦੇਖੋ ਸੀ ਲੋਕੇਸ਼ਨ ਮੇਨ ਚੀਜ਼, ਤਾਂ ਸਾਨੂੰ ਦਿੱਕਤ ਆਉਂਦੀ ਸੀ ਵਰਕਸ਼ਾਪ 'ਤੇ ਹੈ ਨਾ, ਇੱਕ ਵੀਡੀਓ ਚੰਗੀ ਵੀਡੀਓ ਨਹੀਂ ਬਣਦੀ ਹੁੰਦੀ ਹੈ ਨਾ, ਅਤੇ ਲਾਈਕ ਸਾਰਾ ਕੁਛ ਸਾਨੂੰ ਉੱਦਾਂ ਹੀ ਲੋਕੇਸ਼ਨ ਦੇਖੀ, ਸੈੱਟ ਦੇਖਿਆ, ਆਸੇ ਪਾਸੇ ਕਰਾਊਡ ਨਾ ਹੋਵੇ ਹੈ ਨਾ। ਇਹੀ ਕਹਿੰਦੇ ਹਾਂ ਵੀ ਹਰ ਇੱਕ ਚੀਜ਼ 'ਤੇ ਸਟਰਗਲ ਹੁੰਦੀ ਹੈ, ਮਿਹਨਤ ਹੁੰਦੀ ਆ, ਤਾਂ ਤੁਸੀਂ ਸ਼ੇਅਰ ਕਰਕੇ ਸਾਡਾ ਹੌਸਲਾ ਜ਼ਰੂਰ ਵਧਾਇਆ ਕਰੋ। ਚਲੋ ਅੱਜ ਹੁਣ ਆਪਾਂ ਚੱਲਦੇ ਹਾਂ ਅੱਗੇ ਰੋਟਾਵੇਟਰ ਵੱਲ, ਤੁਹਾਨੂੰ ਲੈ ਕੇ ਚੱਲਦੇ ਹਾਂ ਅੱਗੇ, ਆਪਾਂ ਰਿਵਿਊ ਦਿੰਦੇ ਹਾਂ ਰੋਟਾਵੇਟਰ ਦਾ, ਆ ਜਾਓ। ਤੁਸੀਂ ਦੇਖ ਸਕਦੇ ਹੋ ਵੀਰੋ ਇਹ 10 ਫੁੱਟ ਦੇ ਸਾਈਜ਼ ਦੇ ਵਿੱਚ ਰੋਟਾਵੇਟਰ ਹੈਗਾ। ਇਹਦੇ ਜਿਹੜੇ ਬਲੇਡ ਨੇਗੇ ਇਹ 72 ਬਲੇਡ ਪਾਏ ਗਏ ਨੇ, ਬੋਰਨ ਸਟੀਲ ਦੇ ਬਲੇਡ ਪਾਏ ਗਏ ਨੇ, ਤੁਸੀਂ ਦੇਖ ਸਕਦੇ ਹੋਗੇ। ਬਾਕੀ ਹਿੱਚ ਦੇਖ ਸਕਦੇ ਹੋ, ਹੈਵੀ ਡਿਊਟੀ ਹਿੱਚ ਦਿੱਤੀ ਗਈ ਹੈਗੀ, ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਜਿਹੜੀ ਇਹਦੀ ਬੋਡੀ ਹੈਗੀ, ਹੈਵੀ ਡਿਊਟੀ ਸ਼ੀਟ ਯੂਜ਼ ਕੀਤੀ ਗਈ ਆ। ਬਾਕੀ ਜਿਵੇਂ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਗਾ, ਸਾਰੀ ਇਹਦੇ ਵਿੱਚ ਮਿਗ ਵੈਲਡਿੰਗ ਦੀ ਯੂਜ਼ ਕੀਤੀ ਜਾਂਦੀ ਆ, ਔਰ ਜਿੰਨੀ ਵੀ ਅਸੈਸਰੀ ਹੁੰਦੀ ਆ ਸਾਰੀ ਹੈਵੀ ਡਿਊਟੀ ਦਿੱਤੀ ਜਾਂਦੀ ਹੈਗੀ। ਕਲੰਪ ਹੋ ਗਏ ਹੈ ਨਾ, ਹਿੱਚ ਹੋ ਗਈ ਸਾਰੀ, ਜਾਂ ਦੇਖ ਸਕਦੇ ਹੋ ਤੁਸੀਂ ਜੋ ਵੀ ਆ ਸਾਈਡ ਡਿਸਕ ਦੀ ਹੋ ਗਈ, ਅਸੈਸਰੀ ਹੋ ਗਈ, ਸਾਰੀ ਹੈਵੀ ਡਿਊਟੀ ਦਿੱਤੀ ਜਾਂਦੀ ਹੈਗੀ। ਨਾਲ ਦੀ ਨਾਲ ਇਹ ਰੋਟਾਵੇਟਰ ਡਬਲ ਡਿਸਕ ਦੇ ਵਿੱਚ ਹੈਗਾ, 72 ਬਲੇਡ ਨੇ। ਇਹਦੇ ਵਿੱਚ 3 ਮਾਡਲ ਹੁੰਦੇ ਆ ਵੀਰੋ ਆਪਣੇ, ਬੇਸ ਮਾਡਲ, ਮੀਡੀਅਮ ਮਾਡਲ ਅਤੇ ਟੌਪ ਮਾਡਲ। ਇਹ ਆਪਣਾ ਟੌਪ ਮਾਡਲ ਦੇ ਵਿੱਚ ਰੋਟਾਵੇਟਰ ਹੈਗਾ। ਇਹਦੇ ਵਿੱਚ ਜਿਹੜਾ ਗੇਅਰ ਯੂਜ਼ ਕੀਤਾ ਜਾਂਦਾ ਉਹ ਹੈਵੀ ਡਿਊਟੀ ਯੂਜ਼ ਕੀਤਾ ਜਾਂਦਾ ਹੈਗਾ, 13-23 ਦੇ ਵਿੱਚ ਮੰਨ ਕੇ ਚਲੋ, ਜੋ ਅੱਜ ਕੱਲ੍ਹ ਸੁਪਰ ਸੀਡਰ ਦੇ ਵਿੱਚ ਆ ਰਿਹਾ ਹੈਗਾ। ਨਾਲ ਦੀ ਨਾਲ ਜਿਹੜੇ ਬੈਰਿੰਗ ਯੂਜ਼ ਕੀਤੇ ਜਾਂਦੇ ਇਹਦੇ ਵਿੱਚ NBC ਦੇ ਬੈਰਿੰਗ ਯੂਜ਼ ਕੀਤੇ ਜਾਂਦੇ ਹੈਗੇ, ਅੱਜ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਮੇਨ। ਤੁਸੀਂ ਦੇਖ ਸਕਦੇ ਹੋ ਜੋ ਵੀ ਇਹਦੇ ਬੋਲਟ ਨਟ ਵਗੈਰਾ ਯੂਜ਼ ਕੀਤੇ ਜਾਂਦੇ ਨੇ, ਸਾਰੇ ਸਟੀਲ ਯੂਜ਼ ਕੀਤੇ ਜਾਂਦੇ ਹਨ, ਸੀਲ ਵਾਲੇ ਯੂਜ਼ ਕੀਤੇ ਜਾਂਦੇ ਨੇਗੇ, ਵਧੀਆ ਕੁਆਲਿਟੀ ਦਾ ਤੁਸੀਂ ਦੇਖ ਸਕਦੇ ਹੋਗੇ। ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਜੋ ਵੀ ਕਲੰਪ ਵਗੈਰਾ ਨੇ, ਜਿੰਨੀ ਵੀ ਅਸੈਸਰੀ ਹੈਗੀ ਸਾਰੀ ਹੈਵੀ ਡਿਊਟੀ ਅੱਛੀ ਕੁਆਲਿਟੀ ਦਿੱਤੀ ਜਾਂਦੀ ਹੈਗੀ। ਅੱਜ ਤੁਹਾਨੂੰ ਗੇਅਰ ਦਿਖਾਉਂਦੇ ਹੈਗੇ, ਜਿਹੜਾ ਇਹਦਾ ਸਾਈਡ ਗੇਅਰ ਵੀ ਆਪਾਂ ਦਿੰਦੇ ਹਾਂ ਵੀਰੋ, ਤੁਸੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਆਪਾਂ 353EN ਮਟੀਰੀਅਲ ਯੂਜ਼ ਕੀਤਾ ਜਾਂਦਾ ਗਾ ਗਰਾਰੀਆਂ ਦੇ ਵਿੱਚ, ਕਹਿ ਲਓ ਕਿ ਇੱਕ ਵਧੀਆ ਚੰਗੇ ਬ੍ਰਾਂਡ ਉਹ ਮਟੀਰੀਅਲ ਯੂਜ਼ ਕਰਦੇ ਨੇ, ਆਪਾਂ ਨਾਮ ਮੈਂਸ਼ਨ ਨਹੀਂ ਕਰਨਾ ਚਾਹੁੰਦੇ, ਤੁਸੀਂ ਸਮਝ ਸਕਦੇ ਹੋਗੇ ਅੱਛੀ ਕੁਆਲਿਟੀ ਦਿੱਤੀ ਜਾਂਦੀ ਹੈਗੀ, ਕਿਉਂਕਿ ਮੇਨ ਇਹਨੇ ਚੱਲਣਾ ਹੀ ਗੇਅਰਾਂ ਦੇ ਉੱਤੇ ਹੈਗਾ, ਮੇਨ ਬੈਰਿੰਗਾਂ ਅਤੇ ਗੇਅਰਾਂ ਦਾ ਹੀ ਇਹਦੇ ਵਿੱਚ ਕੰਮ ਆ, ਉਹੀ ਚੀਜ਼ ਆਪਾਂ ਸਾਰੀ ਇੱਕ ਵਧੀਆ ਅੱਛੀ ਚੀਜ਼ ਯੂਜ਼ ਕਰਦੇ ਹਾਂਗੇ। ਅੱਜ ਆਪਾਂ ਤੁਹਾਨੂੰ ਹੁਣ ਗੇਅਰ ਦਿਖਾਉਂਦੇ ਹੈਗੇ, ਇੱਧਰ 13-23 ਦਾ ਗੇਅਰ ਆ ਜੀ, ਹੈਵੀ ਡਿਊਟੀ ਕਰੋਨ ਪੀਨਨ ਵਾਲਾ ਗੇਅਰ ਹੈਗਾ। ਆਪਣੇ ਕੋਲ ਛੋਟਾ ਗੇਅਰ ਵੀ ਹੁੰਦਾ 11-22 ਦਾ, ਤੁਸੀਂ 10 ਫੁੱਟ ਦੇ ਉੱਪਰ ਉਹ ਗੇਅਰ ਵੀ ਲਵਾ ਸਕਦੇ ਹੋ, ਪਰ ਜਿਹੜਾ ਇਹ ਟੌਪ ਮਾਡਲ ਹੈ ਇਹਦੇ ਵਿੱਚ ਆਪਾਂ ਇਹੀ ਗੇਅਰ ਯੂਜ਼ ਕਰਦੇ ਹਾਂ 13-23 ਦਾ। ਫਿਊਚਰ ਦੇ ਵਿੱਚ ਤੁਸੀਂ ਇਹਦੇ 'ਤੇ ਸੁਪਰ ਸੀਟਰ ਦੀ ਅਟੈਚਮੈਂਟ ਵੀ ਕਰਵਾ ਸਕਦੇ ਹੋ, ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ। ਨਾਲ ਦੀ ਨਾਲ ਤੁਸੀਂ ਸ਼ੌਕਰ ਦੇਖ ਸਕਦੇ, 6 ਸ਼ੌਕਰ ਦਿੱਤੇ ਗਏ ਨੇਗੇ। ਬਾਕੀ ਵੀਰੋ
परफॉर्मेंस आ जिहड़ी उह तुसीं पहलां देख ही चुके हो वीडियो दे उत्ते। अपनी पिछे लेटेस्ट वीडियो सीगी 735 ट्रैक्टर ते 10 फुट आई रोटावेटर चल रहा है। मैं उपर कार्ड दे उपर मैनशन कर दूंगा लिंक, उहदा तुसीं वीडियो चैक कर सकते हो, इहदी परफॉर्मेंस चैक कर सकते हो। और बाकी पेंट तुसीं देख सकते हो, पहला पेंट हैगा, अलग ही पेंट हैगा और अच्छा भी लग रहा, सोहना पेंट आ। वीरां दी डिमांड सी जिदा मैं पहलां दस चुकिया तुहानूं भी, उन्हां दे सारे इंप्लीमेंट जिन्ने भी ने वीरां दे सारे अलग तो कलर करते हैं फार्मा वीरां दा। सो आपां उस दे अकॉर्डिंग आपां तुसीं देख सकते हो, पेंट की क्वालिटी देख सकते हो सोहनी आ गई। और नाल दी नाल तुसीं देख सकते हो जिहड़ी एक आपां कवर ला दिंदे आ मिट्टी तो साइड तो, है ना, लैणा नहीं पाऊगा, मिट्टी अंदर रहिंदियां तुसीं देख सकते होगे। और कमाणियां लगियां ने थले डबल हैवी ड्यूटी तुसीं देख सकते होगे। और जिहड़ी डिस्क आ बोरन स्टील यूज़ की जाती है हैवी ड्यूटी, और असैसरी तुसीं देख ही चुके हो पहला। नाल दे नाल तुसीं ब्लेड देख सकते हो वीर, एल टाइप ब्लेड ने। किसी वीर नूं सी टाइप ब्लेड चाहिए, जे टाइप जो भी चाहिए गा उदा का ब्लेड आपां लगा दिंदे आगे तुहाडी चॉइस ते। पर जिहड़े नाल दिते जांदे ने एल टाइप ब्लेड दिते जांदे ने, इह बोरन स्टील का ब्लेड दिता जांदा गा। ब्लेड टुट जाए वेंड पै जाए वीरो तुहानूं ब्लेड नवां दिता जाऊगा। एक्सीजन दी इहदी वारंटी दे विच ऑल ओवर रोटावेटर अपने गेयर की वारंटी होंदी आ, और अपने कह लो बैरिंग भी होंदी हैगी। और साडे कोल सर्विस का भी खास ध्यान दिता जाता गा। वैसे तो जो मन के चलो आप कह लिए भी पूरी प्रॉपर चंगी चीज़ इनू लगा दी जाती हैगी, एन बी सी के बैरिंग हो गए या आप कह लो कि गेयर हैवी ड्यूटी हो गया जिहड़ा कि अजकल सुपर सीडर आ रहा 13-30 का, तो उत्थे कोई ये रह नहीं जाता भी कोई अपन प्रॉब्लम आऊगी। वो चाहे तुसी साडा मीडियम मॉडल यूज़ करो चाहे साडा बेस मॉडल यूज़ करो, क्योंकि इस चीज़ का खास ध्यान दिता जाता, क्वालिटी का खास ध्यान दिता जाऊगा। बाकी वीरो एक्सपोज करो, कोई किसी टाइम तुहानूं कोई किसी पार्ट की कोई दिक्कत आती है तो ये कह लो कि तुहानूं इहदे जो पार्ट ने जो भी चीज़ आ गई तुहानूं हर कितें अवेलेबल मिलेगी। ये नहीं होगी कोई वक्रा डिजाइन किया गया किसी भी चीज़ का कि तुहानूं दिक्कत आऊगी या कोई गरारी या पार्ट या कोई बैरिंग वगैरह नहीं मिलेगा, इदा का कुछ भी नहीं होगा। सानू नहीं कुछ पता लगता तो सानू स्क्रीन पर दिते नंबर पर तुहाडे नाल कॉन्टैक्ट करके तुसी किसी भी चीज़ की जानकारी लै सकते होगे। और बाकी देख ही चुके हो तुसी किदां दा लग्गिया तुहानू रोटावेटर, किदां दी लगी वीडियो, है ना, वो सानू कमेंट करके जरूर दसो। साडा हौसला जरूर बढ़ाओ, वीडियो नू शेयर करो ताकि तुहाडे लई असीं आने वाली वीडियो दे विच आने वाले इंप्लीमेंट नवें नवें चीज़ां तुहाडे लई लैके आउंदे रहिए। और वीडियो नू शेयर करो, ते बाकी डिस्क्रिप्शन दे विच लोकेशन साडी दित्ती गई आ, तुसीं लिंक ते क्लिक करके साडे तक पहुँच भी सकते हो। किसी वीर ने ऑर्डर करना ऑनलाइन ऑर्डर कर सकते होंगे। और नाल दी नाल किदां दे रहे कल्टीवेटर, सो वीडियो बड़ी बनी है। थैंक यू देखने के लिए वीडियो, तो शेयर जरूर बनता, शेयर करो जरूर करो।